ए प्रोग्राम प्राइम एशिया टीवी दी प्रॉपर्टी है। इस दे कंटेंट नू ऑडियो या फिर वीडियो रूप विच चोरी करके यूट्यूब फेसबुक या होर किसे माध्यम राही वर्तना कॉपीराइट कानून दी उल्लंघना है। अजिहा करन ते कानूनी कार्रवाई कीती जावेगी। ਜੱਜ ਦਾ ਵਿਚਾਰ। मेरा ख्याल आ जी कि तुसी भी सोचते होंगे कि प्रोग्राम तो चाहिए विचार आ बंदे गुरद्वारा साहब मत्था टेकी जाते हैं अज वाकई असं चज के बंदे बन हाँ यदा कारण है जी कि अज पूरा एक साल हो गया साढ़े इस प्रोग्राम नू प्राइम एशिया टीवी से देखते हैं थानू चाहिए विचार दी वरीगंढ मनाने का करके अज असं गुरु महाराज का आशीर्वाद लैन आए थे बिल्कुल अज हरिमंदर विचार कि मैं सारा साल कहिंदी स्टूडियो च ही रही हाँ हाँ वो मतलब बिल्डिंगा च कदी बिठाता कदी पर्दियां च बिठाता आज कुछ डिफरेंट कर दे हाँ मतलब इहदा मन सी भी मतलब क्यों ना मैं बाहर घूम फिर के मतलब खुली हवा दे विच हाँ तो आज मेरा पूरा मन है कि मैं इन्हां नूं एक खुली आबो हवा दे विच लैके जावां जिथे खुली आबो हवा नूं मानन ते उस तो बाद रियलाइज करन अपने अंदरली उस हरमन नूं नेड़ेओं जानन बिल्कुल जिहड़ी कि इन्हां दे अंदर मतलब छलांगा छड़प्पे पता नहीं की कुछ मारदी है चलिए फिलहाल ਪੰਜਾਬ ਜੀ ਦੀ ਉਹ ਕਮੈਂਟਰੀ ਮੋਗੇ ਬਾਕੀ ਹਾਂ ਉਹਨਾਂ ਦਾ ਥੈਂਕ ਯੂ ਤਾਂ ਕਰ ਦੋ ਹਾਂ ਥੈਂਕਸ ਤੁਹਾਡੇ ਸਾਰਿਆਂ ਦਾ ਕਿ ਤੁਸੀਂ ਇੰਨਾ ਪਿਆਰ ਕੀਤਾ ਚਾਹੀਦੇ ਵਿਚਾਰ ਨੂੰ ਸੋ ਅੱਜ ਦਾ ਚਾਹੀਦਾ ਵਿਚਾਰ ਇੱਕ ਨਵਾਂ ਤਜਰਬਾ ਹੈ ਸੋ ਇਹਨੂੰ ਤੁਸੀਂ ਇੰਜੋਏ ਕਰਨਾ ਹੋਪਫੁਲੀ ਇਸ ਨਵੇਂ ਸਾਲ ਦੇ ਵਿੱਚ ਵੀ ਅਸੀਂ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈ ਕੇ ਤੁਹਾਡੇ ਨਾਲ ਪਿਆਰ ਦੀਆਂ ਤੰਦਾਂ ਨੂੰ ਹੋਰ ਪੀੜਾ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂ ਜੀ ਹਰਮਨ ਜੀ ਹਾਂਜੀ ਗੁਰਪ੍ਰੀਤ ਜੀ ਕਿੱਦਾਂ ਦਾ ਲੱਗ ਰਿਹਾ ਇਹਦਾ ਨੂੰ ਥੋੜ੍ਹਾ ਜਿਹਾ ਖੁੱਲ੍ਹੇ ਥਾਂ 'ਚ ਲਿਆਂਦਾ ਮੈਨੂੰ ਬਹੁਤ ਜ਼ਿਆਦਾ ਅੱਛਾ ਲੱਗ ਰਿਹਾ ਕਿਉਂਕਿ ਅੱਜ ਮੈਨੂੰ ਐਂ ਲੱਗ ਰਿਹਾ ਵੀ ਮੈਂ ਕਿੰਨੇ ਦਿਨਾਂ ਬਾਅਦ ਸੂਰਜ ਚੜ੍ਹਦਾ ਕਿਤੇ ਵੇਖਿਆ ਕਿੰਨੇ ਦਿਨਾਂ ਬਾਅਦ ਕਿ ਰੋਜ਼ ਤਾਂ ਭੁੰਡੀ ਦੇ ਜਾਂਦੀ ਭੂਆ ਗੱਲਾਂ ਤੂੰ ਐਂ ਕਰਦੇ ਜਦੋਂ ਤੂੰ ਮਤਲਬ ਅਮਰੀਕਾ ਤੋਂ ਆਈ ਹੋਣੀ ਹਾਂ ਜਾਨੀ ਆ ਉਦੋਂ ਆਲਰੇਡੀ ਸੂਰਜ ਕਿਤੇ ਚੜ੍ਹਿਆ ਹੁੰਦਾ ਜਦੋਂ ਮੈਂ ਆਉਣੀ ਆ ਉਦੋਂ ਆਲਰੇਡੀ ਸੂਰਜ ਕਿਤੇ ਪਹੁੰਚਿਆ ਹੁੰਦਾ ਅੱਜ ਮੈਂ ਚੜ੍ਹਦਾ ਪਹਿਲੀ ਵਾਰ ਵੇਖਿਆ ਕਿੰਨੇ ਦਿਨਾਂ ਬਾਅਦ ਮਤਲਬ ਇਹ ਉਹ ਮਹਾਨ ਸ਼ਖਸੀਅਤ ਨੇ ਜਿਨ੍ਹਾਂ ਨੇ ਤਹੱਈਆ ਕਰ ਲਿਆ ਵੀ 9 ਵਜੇ ਤੋਂ ਪਹਿਲਾਂ ਨਹੀਂ ਉੱਠਣਾ ਪਰ ਅੱਜ ਅਸੀਂ ਤੜਕੇ 4:30-5 ਵਜੇ ਨਾਲ ਇਹਨਾਂ ਨੂੰ ਹੋਸ਼ 'ਚ ਲਿਆਂਦਾ ਛੋਟੇ ਛੋਟੇ ਮਾਰ ਕੇ ਲਿਆਂਦਾ ਬਹੁਤ ਅਸੀਂ ਵੀ ਮੈਂ ਪੂਰਾ ਨਹਾ ਧੋ ਕੇ ਆਈ ਹਾਂ ਤੁਹਾਨੂੰ ਨਹੀਂ ਪਤਾ ਬਾਬੇ ਦੇ ਦਰ ਤੇ ਇੱਦਾਂ ਨਹੀਂ ਜਾਂਦੀ ਹੁੰਦੀ ਮੈਂ ਅੱਛਾ ਪੱਕੀ ਗੱਲ ਅੱਜ ਤਾਂ ਜੰਮਾ ਹੀ ਨਹੀਂ ਮੰਨ ਸਕਦੀ ਮੈਂ ਹਾਂ ਸੋ ਅੱਜ 1 ਸਾਲ ਹੋ ਗਿਆ ਸਾਨੂੰ ਲੱਗਿਆ ਕਿ ਅਸੀਂ ਪੂਰਾ ਸਾਲ ਬਸ ਅੰਦਰ ਹੀ ਗੁਜ਼ਾਰਤਾ ਹਾਂ ਉਹ ਮਗਰਲੇ ਵੀ ਸਾਡੇ ਐਂ ਕਰਦੇ ਕਦੀ ਮੇਜ਼ ਚਿੱਟਾ ਰੱਖਤਾ ਮਗਰ ਪੜਦੇ ਖਾਕੀਏ ਕਰਦੇ ਅਸੀਂ ਵੀ 1 ਸਾਲ ਦੇ ਵਿੱਚ ਹੋਰ ਕੁਝ ਬਦਲਿਆ ਹੋਵੇ ਜਾਂ ਨਾ ਬਦਲਿਆ ਹੋਵੇ ਪਰ ਅਸੀਂ ਪੜਦੇ ਜ਼ਰੂਰ ਬਦਲਦੇ ਹਾਂ ਤੇ ਸਾਡੇ ਪੜਦੇ ਕੁਝ ਹੋਰ ਆ ਗਏ ਫਿਰ ਉਸ ਤੋਂ ਬਾਅਦ ਅੱਜਕੱਲ੍ਹ ਸਾਨੂੰ ਬਿਲਡਿੰਗਾਂ ਜਿਹੀਆਂ ਦੇ ਸਾਹਮਣੇ ਬਿਠਾ ਦਿੰਦੇ ਨੇ ਹਾਂ ਤੇ ਐਂ ਲੱਗਿਆ ਵੀ ਜਿਵੇਂ ਨਾ ਕੈਦ ਕੈਦ ਜੇ ਆ ਕੈਦ ਕੈਦ ਜੇ ਆ ਐਂਡ ਅੱਜ ਵਾਕਈ ਐਂ ਲੱਗ ਰਿਹਾ ਵੀ ਅਸੀਂ ਖੁੱਲ੍ਹ ਕੇ ਸਾਹ ਲੈ ਸਕਦੇ ਹਾਂ ਬਹੁਤ ਆ ਨਾ ਲਈ ਇਹਦਾ ਮਕਾਨ ਆ ਦੇਈ ਵਿਚਾਰੇ ਪੰਛੀਆਂ ਨੇ ਵੀ ਕੁਛ ਨਾ ਕੁਛ ਸਾਹ ਲੈਣਾ ਹੁੰਦਾ ਗੁਰਪ੍ਰੀਤ ਤਾਂ ਹੀ ਤੁਹਾਨੂੰ ਇੰਨੀ ਖੁੱਲੀ ਥਾਂ ਤੇ ਲੈਣਾ ਦੇਖੋ ਕਿੰਨੇ ਰੁੱਖ ਲੱਗੇ ਨੇ ਉਹ ਪਿੱਛੇ ਤਾਂ ਮਤਲਬ ਇੱਥੇ ਨਹੀਂ ਹਵਾ ਮੁੱਕ ਸਕਦੀ ਯੂਕਲਿਪਟਸ ਲੱਗਦਾ ਯੂਕਲਿਪਟਸ ਚਲੋ ਸਫੈਦਾ ਆਇਆ ਹੈ ਭੂਆ ਇਹਨੂੰ ਯੂਕਲਿਪਟਸ ਕਹਿੰਦੇ ਨੇ ਉਹ ਕੀ ਹੁੰਦਾ ਅੰਗਰੇਜ਼ੀ ਦੇ ਵਿੱਚ ਉਹ ਕੀ ਹੁੰਦਾ ਯੂਕਲਿਪਟਸ ਯਾਨੀ ਸਫੈਦਾ ਅਦਬ ਮੈਂ ਫਾਰਸੀ ਬੋਲਣ ਦਿਆ ਇੰਗਲਿਸ਼ ਵੀ ਕੋਈ ਚੀਜ਼ ਆ ਗੁਰਪ੍ਰੀਤ ਜੀ ਤੇ ਰਵੇ ਅਹੀਂ ਇੰਗਲਿਸ਼ ਤੋਂ ਕੀ ਲੈਣਾ ਦੇਣਾ ਸਾਰੀ ਦੁਨੀਆ ਆਇਲਸ ਕਰ ਕਰਕੇ ਕੈਨੇਡਾ ਮੈਂ ਤਾਂ ਨਹੀਂ ਗਿਆ ਨਾ ਤਾਂ ਹੀ ਕਹਿ ਰਹੀ ਸਿੱਖ ਲੋ ਕਿਉਂ ਸਿੱਖਾਂ ਜਦੋਂ ਮੈਂ ਗਿਆ ਹੀ ਨਹੀਂ ਨਾ ਮੈਂ ਜਾਣਾ ਯੂ ਕੈਨ ਡੂ ਇਟ ਮੈਂ ਸਿਖਾ ਕੇ ਛੱਡੂੰਗਾ ਉਹ ਜਿਵੇਂ ਮੈਂ ਇੱਕ ਤੇ ਬੋਰਡ ਪੜਿਆ ਸੀ ਕਹਿੰਦੇ ਜੇ ਤੁਸੀਂ ਗੁੰਗੇ ਨਹੀਂ ਹੋ ਤਾਂ ਇੰਗਲਿਸ਼ ਬੋਲ ਸਕਦੇ ਹਾਂ ਉਹ ਅੱਜ ਮੈਂ ਵੀ ਤਹੱਈਆ ਕਰ ਲਿਆ ਵੀ ਤੁਹਾਡੇ ਮੂੰਹੋਂ ਯੂਕਲਿਪਟਸ ਕਹਾਉਣਾ ਯੂਕਲਿਪਟਸ 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 ਮੈਂ ਕੀ ਗਲਤ ਬੋਲਦਾ ਬੋਲੋ ਬੋਲੋ ਯੂਕਲਿਪਟਸ ਵੈਰੀ ਗੁੱਡ ਪਹਿਲਾਂ ਵੀ ਸਹੀ ਸੀਗਾ ਸੋ ਅੱਜ ਇਹ ਗੱਲਾਂ ਬਾਤਾਂ ਇਦਾਂ ਹੀ ਚੱਲਣੀਆਂ ਮਤਲਬ ਤੁਹਾਨੂੰ ਅਸੀਂ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ
ਤੁਹਾਡੀ ਤੇ ਸਾਡੀ ਯਾਨੀ ਕਿ ਸਾਡੀ ਸਾਰਿਆਂ ਦੀ ਜ਼ਿੰਦਗੀ ਨਾਲ ਸੰਬੰਧਿਤ ਮਸਲੇ ਕੁਝ ਦੇਸ਼ ਦੇ ਕੁਝ ਪ੍ਰਦੇਸ਼ ਦੇ ਕੁਝ ਵਿਦੇਸ਼ ਦੇ ਕੁਝ ਇਤਿਹਾਸ ਦੇ ਕੁਝ ਮਿਥਿਹਾਸ ਦੇ ਕੁਝ ਸਮਾਜ ਦੇ ਕੁਝ ਰਾਜਨੀਤੀ ਦੇ ਕੁਝ ਚੰਗੇ ਵੀ ਕਦੇ ਕਦੇ ਮਾੜੇ ਵੀ ਅਸੀਂ ਸਾਰੇ ਮਸਲੇ ਵਿਚਾਰਦੇ ਹਾਂ ਤੁਸੀਂ ਦੇਖ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਤੱਕ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਐਟ ਪ੍ਰਾਈਮ ਏਸ਼ੀਆ ਟੀਵੀ ਹਾਜ਼ਰ ਹੈ ਜੱਜ ਦਾ ਵਿਚਾਰ ਹਰਮਨ ਜੀ ਹਾਂਜੀ ਦੇਖੋ ਇਹਦਾ ਨੂੰ ਫਰਾਤ ਰਾ ਕੇ ਮੈਂ ਹੁਣ ਵਾਲਾ ਸਾਹ ਦਵਾ ਰਿਹਾ ਹਾਂ ਹੁਣ ਆਪਾਂ ਇੱਥੇ 10 ਮਿੰਟ ਤੁਹਾਨੂੰ ਬਿਠਾਵਾਂਗੇ ਪਰ ਮੈਂ ਚਾਹੁੰਦੀ ਸੀ ਨਾ ਖੁੱਲੀਆਂ ਗੱਲਾਂ ਕਰ ਸਕਦੇ ਇਹਦੇ ਚ ਪਾਣੀ ਭਰਿਆ ਹੁੰਦਾ ਜ਼ਿਆਦਾ ਮਜ਼ਾ ਆਉਣਾ ਸੀ ਕੀ ਕਰਨਾ ਤੇ ਮੈਂ ਆ ਮਤਲਬ ਪਜਾਮਾ ਜਾਂ ਤਾਂ ਤੇ ਚੜ ਕੇ ਪੈਰ ਪਾ ਕੇ ਵਿੱਚ ਬਹਿ ਜਾਣਾ ਸੀ ਪਾਣੀ ਦੀ ਬਰਬਾਦੀ ਨਹੀਂ ਕਰੀ ਇਹ ਬਰਬਾਦੀ ਕਿੱਦਾਂ ਹੋਈ ਨਵੀਂ ਗੱਲ ਤਾਂ ਸੁਣਾਉਣਾ ਕਹਿੰਦੇ ਆਪਣੇ ਜਿਹੜੇ ਬਜ਼ੁਰਗ ਸੀ ਹਾਂ ਆਪਣੇ ਬਜ਼ੁਰਗਾਂ ਨੇ ਦਰਿਆ ਦੇਖੇ ਫਿਰ ਉਸ ਤੋਂ ਬਾਅਦ ਜੇ ਆਪਣੇ ਬਾਬੇ ਦੀ ਯਾਨੀ ਕਿ ਬਾਪੂ ਦੀ ਉਮਰ ਦੀ ਗੱਲ ਕਰੀ ਉਹਨਾਂ ਨੇ ਖੂਹ ਦੇਖ ਲਏ ਉਸ ਬਾਅਦ ਜੇ ਆਪਣੀ ਉਮਰ ਆ ਗਈ ਤੇ ਆਪਾਂ ਨਲਕਿਆਂ ਨੁਲਕਿਆਂ ਵਾਲੇ ਬੰਦੇ ਰਹਿ ਗਏ ਹਾਂ ਨਲਕੇ ਵੇਖੇ ਹੁਣ ਜਿਹੜਾ ਇਸ ਵਕਤ ਮਾਹੌਲ ਆ ਉਹ ਹੁਣ ਗਾ ਜਿੱਦਾਂ ਆਪਣੇ ਛੋਟੇ ਜਵਾਕਾਂ ਦਾ ਗੱਲ ਹੀ ਉਹ ਬੋਤਲਾਂ ਤੇ ਆ ਗਏ ਵਿਚਾਰੇ ਕੱਪਾਂ ਤੇ ਆ ਗਏ ਬੋਤਲ ਸੀਲਡ ਵਾਟਰ ਹੁਣ ਤੁਸੀਂ ਇਹ ਦੇਖੋ ਕਿ ਜਿਹੜੀ ਉਹਨਾਂ ਦੀ ਜਨਰੇਸ਼ਨ ਹੋਊਗੀ ਉਹ ਕੀ ਕਰੇ ਉਹ ਸੇਵ ਵਾਟਰ ਪੂਆ ਤੇ ਤੂੰ ਆ ਚੜੇ ਚ ਲੱਤਾਂ ਪਾ ਕੇ ਤੇ ਪਾਣੀ ਬਾਹਰ ਹੈਲੋ ਪਾਣੀ ਕਿੱਦਾਂ ਬਾਹਰ ਨਿਕਲ ਜੂਗਾ ਜੇ ਮੈਂ ਲੱਤਾਂ ਵਿੱਚ ਪਾ ਲੂੰਗੀ ਪਾਣੀ ਤਾਂ ਉੱਦੇ ਹੀ ਵਗਦਾ ਰਹਿਣਾ ਜੇ ਖੇਤਾਂ ਨੂੰ ਕਿਸੇ ਨੇ ਲਾਇਆ ਹੋਊਗਾ ਤਾਂ ਤੇ ਕਿਉਂ ਲਾਉਣ ਤੇਰਾ ਕਰਕੇ ਖੇਤਾਂ ਨੂੰ ਨਹੀਂ ਅਗਲੇ ਨੂੰ ਲੋੜ ਹੈਗੀ ਤਾਂ ਹੀ ਹੈ ਤੇ ਉਹ ਤਾਂ ਨਹੀਂ ਲੋੜ ਤਾਂ ਹੀ ਨਹੀਂ ਲਾਇਆ ਮੈਂ ਕਿਹਾ ਜੇ ਲੱਗਾ ਹੁੰਦਾ ਤਾਂ ਗੁਰਪ੍ਰੀਤ ਕੀ ਕਰਦੇ ਹੁੰਦੇ ਤੁਸੀਂ ਤੇਰੀਆਂ ਨੈਟ ਨਾਲ ਲੱਤਾਂ ਲਮਕਾ ਲਈ ਮੁੜ ਕੇ ਜੇ ਮੈਂ ਹੀ ਲਮਕ ਗਈ ਨਾਲੇ ਫਿਸ਼ ਸਪਾ ਜਾ ਹੋ ਜੂਗਾ ਕੀ ਫਿਸ਼ ਸਪਾ ਨਹੀਂ ਕਰਾਉਂਦੇ ਹੁੰਦੇ ਹਾਂ ਤੇ ਨਹਿਰ ਚ ਐਡੀਆਂ ਫਿਸ਼ ਕਿੱਥੋਂ ਲੱਭਣੀਆਂ ਮੈਨੂੰ ਪਹਿਲਾਂ ਸਾ ਪੈਰਾਂ ਨੂੰ ਤਾਂ ਦਰਿਆ ਵਾਲੀਆਂ ਫਿਸ਼ਾਂ ਚਾਹੀਦੀਆਂ ਉਹ ਮਾੜੇ ਮੋੜ ਨਿੱਕੀਆਂ ਨਾਲ ਕੀ ਬਣਨ ਕੀ ਖਿਆਲ ਮਤਲਬ ਜੋ ਮਰਜ਼ੀ ਹੋ ਜਾਏ ਗੰਦੀਆਂ ਗੱਲਾਂ ਨਹੀਂ ਛੱਡਣੀਆਂ ਨਹੀਂ ਨਾ ਮਤਲਬ ਜਿਹੜੀ ਗੱਲ ਮੈਨੂੰ ਜ਼ਿਆਦਾ ਵਧੀਆ ਲੱਗ ਰਹੀ ਮੈਨੂੰ ਇਹ ਲੱਗ ਰਿਹਾ ਕਿ ਮੈਂ ਬੜੇ ਚਿਰ ਤੋਂ ਆਪਣੇ ਪਿੰਡ ਨੂੰ ਮਿਸ ਕਰਦਾ ਸੀ ਮਤਲਬ ਬੇਸਿਕਲੀ ਮੈਂ ਇਹਨਾਂ ਥਾਵਾਂ ਤੋਂ ਆਇਆ ਬੰਦਾ ਤੇ ਮੈਨੂੰ ਐਵੇਂ ਕੈਦ ਕੀਤਾ ਅੰਦਰ ਉੱਥੇ ਮੰਦਾ ਮੇਰਾ ਹਾਲ ਤੇ ਇੱਥੇ ਭਾਵੇਂ ਮੈਨੂੰ ਤੁਸੀਂ ਦੋ ਦਿਨ ਬਿਠਾਈ ਛੱਡੋ ਮੈਨੂੰ ਆਪਾਂ ਰੋਜ਼ ਨਾ ਇੱਥੇ ਆ ਜਾ ਕਰੀਏ ਇਹ ਮੋਟਰ ਵਾਲਿਆਂ ਨੂੰ ਪਤਾ ਲੱਗ ਗਿਆ ਨਾ ਤੇ ਮੈਂ ਤੁਹਾਨੂੰ ਮੋਹਰੇ ਕਰ ਦੇਣਾ ਗੁਰਪ੍ਰੀਤ ਜੀ ਕਿੱਦਣ ਕੰਮ ਆਉਂਗੇ ਤੁਸੀਂ ਮੇਰੇ ਸਾਲ ਹੋ ਗਿਆ ਮੈਨੂੰ ਵੇਚ ਦਿਨ ਤੁਸੀਂ ਮੇਰੇ ਕੰਮ ਨਹੀਂ ਮੇਰੇ ਕੀ ਕੰਮ ਲੈਣਾ ਉਦੋਂ ਪਹਿਲਾਂ ਡਾਂਗਾ ਖਾਣ ਨੂੰ ਵੀ ਕੋਈ ਚਾਹੀਦਾ ਹੁੰਦਾ ਦੇਖੋ ਆਪਣੀ ਯਾਰੀ ਇੰਨੀ ਪੱਕੀ ਹੋਣੀ ਚਾਹੀਦੀ ਹੈ ਕਿ ਗਲਤੀ ਮੇਰੀ ਹੋਵੇ ਡਾਂਗਾ ਤੁਹਾਨੂੰ ਵਰਦੀਆਂ ਹੋਣ ਮਤਲਬ ਇਦੋਂ ਵੱਡਾ ਬੈਸਟ ਫਰੈਂਡ ਮੈਨੂੰ ਕਿੱਥੋਂ ਲਾ ਮੈਂ ਬੈਸਟ ਫਰੈਂਡ ਦਾ ਜਿਹੜਾ ਐਸੇ ਹੈ ਨਾ ਭਾਵੇਂ 20 ਨੰਬਰਾਂ ਨਾਲ ਪੁੱਛੋ 50 ਨੰਬਰਾਂ ਨਾਲ ਲਿਖ ਸਕਦੀ ਹਾਂ ਜੇ ਗੁਰਪ੍ਰੀਤ ਸੰਧਾ ਵਾਲੀਆਂ ਮੇਰੇ ਲਈ ਇੰਨਾ ਗੱਲ ਅਸੀਂ ਤੈਨੂੰ ਐਸੇ ਚੋਂ ਜ਼ੀਰੋ ਦਵਾ ਦਿੰਦੇ ਮੇਰੇ ਗਿੱਟੇ ਨਾਲ ਛਲਾਈ ਕਿਸੇ ਕੋਲ ਕੀ ਯਾਰ ਇਹਨਾਂ ਲੋਕਾਂ ਦਾ ਕੀ ਕਰੂਗਾ ਮਤਲਬ ਇਹ ਨਹੀਂ ਵੀ ਕੋਈ ਦੇਖੋ ਇੱਕ ਸਾਲ ਹੋ ਗਿਆ ਇਹ 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 ਕੁਛ ਕਰਦੇ ਆ ਵੀ ਮੈਂ ਹੁਣ ਹੀ ਅਕਲ ਨੂੰ ਹੱਥ ਮਾਰਾਂ ਹੁਣ ਵੀ ਤੇਰਾ ਹਾਲ ਉਹ ਹੀ ਗੁਰਪ੍ਰੀਤ ਜੀ ਗਾਣਾ ਆਇਆ ਸੀ ਮੈਨੂੰ ਇੱਕ ਸਾਲ ਤੋਂ ਚੇਤਾ ਸੁਣਾਓ ਅੱਜ ਅੱਜ ਢੋਲਕੀ ਮਿਸ ਕਰ ਰਹੀ ਹਾਂ ਮੈਂ ਤੁਸੀਂ ਢੋਲਕੀ ਨੂੰ ਰਿਦਮ ਨੂੰ ਅੰਦਰ ਮਹਿਸੂਸ ਕਰ ਓਕੇ ਮਹਿਸੂਸ ਕਰ ਲਵਾਂ ਇੱਕ ਮਿੰਟ ਕਿੰਨੀ ਦੇਰ ਮਹਿਸੂਸ ਕਰਾਂ ਜਿੰਨਾ ਚਿਰ ਤੁਹਾਡਾ ਟਾਈਮ ਲੱਗਦਾ ਜਾਂ ਕੋਈ ਜ਼ਿਆਦਾ ਚਿਰ ਮਹਿਸੂਸ ਕਰਨਾ ਫਿਰ ਗਾਣਾ ਹੋਰ ਸੁਣ ਲੈਂਦੇ ਕਿਤੇ ਨਹੀਂ ਦੋ ਲਾਈਨਾਂ ਹੀ ਆ ਮੇਰੇ ਗਾਣੇ ਦੀਆਂ ਅੱਛਾ ਆਉਣ ਅੱਜ ਮੈਂ ਨਾ ਬੋਲ ਕੇ ਦੱਸ ਦਿੰਦੀ ਗਾ ਕੇ ਨਹੀਂ ਸੁਣਾਉਂਦੀ ਐ ਮੁੜ ਕੇ ਕਾਂ ਕੋੜ ਗਏ ਕੀ ਕਰਾਂਗੇ ਆਪਾਂ ਅਰੇ ਉਹਨਾਂ ਦਾ ਨੁਕਸਾਨ ਮੈਂ ਤੁਹਾਨੂੰ ਕਿਹਾ ਉਹਨਾਂ ਨੂੰ ਬਹੁਤ ਨਿਗਾਹ ਦਿਰਦੀ ਅੱਜ ਕਹਿੰਦੇ ਅੱਜ ਇੱਕ ਸਾਲ ਹੋਰ ਹੋ ਗਿਆ ਇਹ ਕਹਿੰਦੇ ਹਨ ਕਿ ਅਸੀਂ ਤੁਹਾਨੂੰ ਨਹੀਂ ਭੁੱਲਣਾ ਕੱਲ ਤੋਂ ਕਿਆ ਬਾਤ ਕਿਆ ਬਾਤ ਬਾਹਰ ਨਿਕਲੇ ਨਹੀਂ ਕੁਛ ਵੱਖਰਾ ਕਰ ਦੇਣਾ ਕੁਛ ਅਸੀਂ ਫਰਸਟ੍ਰੇਟ ਹੋ ਗਏ ਕੁਛ ਅਸ਼ਵਨੀ ਬੋਪਾ ਰਾਜ ਵੀ ਫਰਸਟ੍ਰੇਟ ਹੋ ਗਏ ਕੁਛ ਕੋ ਕੁਰਸੀਆਂ ਖਿੱਚਣ ਵਾਲੇ ਫਰਸਟ੍ਰੇਟ ਹੋ ਗਏ ਪਰ ਪਰਮਾਤਮਾ ਦਾ ਸ਼ੁਕਰ ਹੈ ਕਿਸੇ ਨੂੰ ਚੁੱਕ ਦੀ ਪ੍ਰੋਬਲਮ ਨਹੀਂ ਹੋਈ ਅੱਜ ਤੱਕ ਇਹ ਰਿਕਾਰਡ ਕਾਇਮ ਕਰ ਲਿਆ ਗੁਰਪ੍ਰੀਤ ਤੁਸੀਂ ਮੈਨੂੰ ਕਹਿ ਨਹੀਂ ਸਕਦੇ ਦੇਖੋ ਮੈਂ ਦੱਸਦਿਆਂ ਅਮਨ ਭਾਈ ਨੇ ਚਲੋ ਪ੍ਰੋਗਰਾਮ ਦੇ ਜ਼ਰੀਏ ਹੀ ਕਿ ਭਾਈ ਨੇ ਸਾਨੂੰ ਸਾਰੀਆਂ ਫੈਸਿਲਿਟੀਆਂ ਦਿੱਤੀਆਂ ਨੇ ਦੇਖੋ ਕੁੱਕ ਹੈ ਉੱਥੇ ਖਾਣ ਪੀਣ ਦਾ ਪ੍ਰਬੰਧ ਹੈ ਸਾਉਣ ਬੈਂਡ ਦਾ ਹਰ ਚੀਜ਼ ਇੱਕ ਚੀਜ਼ ਸਾਡੇ ਕਿਉਂਕਿ ਮੁੰਡੇ ਮਿਸ ਕਰਦੇ ਸੀ ਕਿ ਯਾਰ ਜਿਮ ਨਹੀਂ ਹੈ ਭਾਜੀ ਐਕਸਰਸਾਈਜ਼ ਦੀ ਬੜੀ ਪ੍ਰੋਬਲਮ ਹੈ ਸੋ ਉਹ ਜਿਹੜੀ ਪ੍ਰੋਬਲਮ ਸੀ ਉਹ ਵੀ ਭਾਈ ਨੇ ਦੂਰ ਕਰ ਦਿੱਤੀ ਉਹ ਕਹਿੰਦੇ ਭਾਜੀ ਨੇ ਕਹਿੰਦੇ ਦੂਰ ਕਰ ਦਿੱਤੀ ਐਕਸਕਿਊਜ਼ ਮੀ ਮੈਨੂੰ ਥੈਂਕਸ ਕਹੋ ਭਾਜੀ ਨੇ ਕੁਰਸੀ ਉਹੋ ਜੀ ਲੈ ਕੇ ਦਿੱਤੀ ਆ ਜਿਹਦੇ ਤੈਨੂੰ ਬਿਠਾ ਲੈਂਦੇ ਤੇ ਤਾਂ ਹੀ ਆ ਜੇ ਅਗਲੇ ਬੰਦੇ ਸਵੇਰੇ ਕੁਰਸੀ ਬਦਲ ਦੇਣ ਨਾ ਉਹਨੂੰ ਖਿੱਚਣਾ ਪਵੇ ਨਾ ਗੱਲ ਨਾ ਬਾਤ ਨਹੀਂ ਹੁਣ ਤਾਂ ਇੱਕ ਹੋਰ ਰਾਜ਼ ਦੀ ਗੱਲ ਦੱਸ ਦੋ ਅੱਜ ਆਪਾਂ ਇਹ ਸਾਲ ਪੂਰਾ ਹੁਣ ਤੇ ਆਏ ਆ ਵੀ ਹੁਣ ਤਾਂ ਟੇਬਲ ਨੂੰ ਵੀ ਟਾਇਰ ਲਵਾ ਲਏ ਅਸੀਂ
ਰੇਡ ਕੇ ਹੋ ਰਿਹਾ ਕਿਸ ਨੇ ਉਹਦੀ ਇੱਕ ਪ੍ਰੋਬਲਮ ਆਉਂਦੀ ਹੁਣ ਜੇ ਟਾਇਰਾਂ ਤੋਂ ਬਾਅਦ ਮੈਡਮ ਹਰਮ ਹੁਣ ਉਹਦੇ ਵਿੱਚ ਫਸ ਜਾਂਦੇ ਇਦਾਂ ਕਰਕੇ ਹੁਣ ਜਦੋਂ ਇਹ ਸਾਹ ਲੈਂਦੇ ਆ ਉਹ ਟੇਬ ਲੱਗੇ ਜਾਂਦਾ ਫੇਰ ਪਿਛਾ ਆਉਂਦਾ ਉਹਦੇ ਟਾਇਰਾਂ ਨੂੰ ਮੋੜ ਕੇ ਰੱਖਣਾ ਪੈਂਦਾ ਵੀ ਭਾਜੀ ਹੁਣ ਇਹ ਹਿੱਲੇ ਨਾ ਕੀ ਅਸੀਂ ਕਰਾਂਗੇ ਜ਼ਿੰਦਗੀ 'ਚ ਪਰ ਆਪਾਂ ਕੋਈ ਅਕਲ ਦੀ ਗੱਲ ਵੀ ਕਰ ਲਈ ਕਿ ਅੱਜ ਬਸ ਠੇਚਾਂ ਵੜਨੀ ਗੁਰਪ੍ਰੀਤ ਦੇਖੋ ਸਾਲ ਹੋ ਗਿਆ ਆਪਣੀ ਅਕਲ ਸਾਨੂੰ ਦਿਖਾਉਂਦੇ ਆ ਹਾਂ ਮੈਂ ਨਾ ਆ ਦੇ ਘੇਰੇ ਘੇਰੇ ਮਤਲਬ ਛੱਲੀਆਂ ਬਹੁਤ ਨੇ ਲੱਗੀਆਂ ਛੱਲੀ ਨਾ ਵੜ ਕੇ ਇੱਕ ਅੱਧੀ ਤੋੜੀਏ ਨਹੀਂ ਤੋੜ ਤੂੰ ਲੈ ਅਸੀਂ ਇੱਦਾਂ ਕਰਦੇ ਵੀ ਆ ਸਾਡੀ ਟੀਮ ਵੀ ਮਗਰ ਅਸੀਂ ਗੱਡੀ 'ਚ ਬਹਿ ਗਏ ਨਾ ਹਾਂ ਸੈਲਫ ਮਾਰ ਲਾਂਗੇ ਮੈਂ ਤੋੜ ਕੇ ਭੱਜ ਕੇ ਵਿੱਚ ਬਹਿ ਜੂੰਗੀ ਹਾਂ ਜੇ ਜੇ ਮੰਨ ਲਾ ਵੀ ਤੂੰ ਆ ਗਈ ਫਿਰ ਤਾਂ ਆਪਾਂ ਸਾਰੇ ਭੁੰਨ ਕੇ ਖਾਵਾਂਗੇ ਤੇ ਜੇ ਨਾ ਆਏ ਜੇ ਮੈਂ ਹੀ ਭੁੰਨੀ ਗਈ ਐਕਸਕਿਊਜ਼ ਮੀ ਫਿਰ ਅਸੀਂ ਕਹਿਣਾ ਵੀ ਨਹੀਂ ਅਸੀਂ ਨਹੀਂ ਜਾਣਦੇ ਅੰਕਲ ਇਹ ਕੌਣ ਆ ਯਾ ਮੈਂ ਤੜਕੇ ਤੜਕੇ ਤਾਂ ਹੀ ਤੁਹਾਨੂੰ ਆਉਣ ਨੂੰ ਕਿਹਾ ਸੀ ਮੈਨੂੰ ਪਤਾ ਇਸ ਵੇਲੇ ਕੋਈ ਨਹੀਂ ਹੁੰਦਾ ਖੇਤਾਂ 'ਚ ਇਸ ਵੇਲੇ ਹੀ ਹੁੰਦੇ ਗੁਪਤ ਬੰਦੇ ਜਿਹੜੇ ਮੈਂ ਵਾਰ ਵਾਰ ਤੁਹਾਨੂੰ ਕਹਿਣ ਡਿਆ ਸੱਚੀ ਹਾਂਜੀ ਮਤਲਬ ਤੁਸੀਂ ਜਦੋਂ ਆ ਇੱਥੇ ਜੇ ਇਹ ਐਂ ਕਰਕੇ ਚੱਲੀ ਤੇਰੀ ਗੱਲ ਸੁਣ ਐਂ ਕਰਕੇ ਉਹ ਸੋਰੀ ਐਕਸਕਿਊਜ਼ ਮੀ ਪਰ ਨਹੀਂ ਮੇਰਾ ਖਿਆਲ ਹੁਣ ਤਾਂ ਮਾਹੌਲ ਚਾਲ ਅੱਛਾ ਸਵੱਛ ਹੋ ਗਿਆ ਪੰਜਾਬ ਦਾ ਹੁਣ ਕੋਈ ਐਡਾ ਰੌਲਾ ਹੈ ਨਹੀਂ ਆਪਣੇ ਆਪਣੇ ਨਾਲ ਹੀ ਦੇ ਪਿੱਛੇ ਉਹ ਟ੍ਰੇਨ ਦੀ ਪਟੜੀ ਵੀ ਆ ਗਈ ਸੋਚਦੇ ਚਲੋ ਉੱਥੇ ਵੀ ਕੋਈ ਕੋਸ਼ਿਸ਼ ਕਰਾਂਗੇ ਜੇ ਜਾ ਗਿਆ ਤੇ ਹਾਂ ਮਤਲਬ ਉੱਥੇ ਅਸੀਂ ਜਾਵਾਂਗੇ ਜ਼ਰੂਰ ਪਰ ਆਉਣ ਦੀ ਜ਼ਿੰਮੇਵਾਰੀ ਬਾਬੇ ਦੀ ਨਹੀਂ ਨਹੀਂ ਪਰ ਥੋੜਾ ਜਿਹਾ ਸਮਾਂ ਵੀ ਕੱਢ ਕੇ ਹਾਂ ਜਿਹੜਾ ਇੱਕ ਪੀਕ ਟਾਈਮ ਹੁੰਦਾ ਉਹਨੂੰ ਕੱਢ ਕੇ ਗੰਦੀ ਗੱਲ ਉਹ ਪੀਕ ਟਾਈਮ ਪੂਆ ਮੈਂ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰ ਉਹ ਟ੍ਰੇਨ ਦੇ ਆਉਣ ਦਾ ਕਹਿ ਰਿਹਾ ਇਹਨੂੰ ਕਹਿੰਦੇ ਵਾਦੜੀਆਂ ਸਜਾਦੜੀਆਂ ਜੋ ਨਹੀਂ ਨਹੀਂ ਨਾ ਤੂੰ ਜਾ ਗੰਦੀਆਂ ਤੂੰ ਐ ਕਰ ਤੂੰ ਛੱਲੀ ਲੈ ਬਹੁਤ ਵਿਸ਼ਾਲ ਹੈ ਖਬਰਾਂ ਦਾ ਇਹ ਸੰਸਾਰ ਕਦੇ ਸੱਚ ਦੀ ਖਬਰ ਤੇ ਕਦੇ ਕੱਚ ਦੀ ਖਬਰ ਕਦੇ ਦੁੱਖ ਦੀ ਖਬਰ ਤੇ ਕਦੇ ਭੁੱਖ ਦੀ ਖਬਰ ਪਰ ਹਰ ਖਬਰ ਦੇ ਪਿੱਛੇ ਲੁਕੀ ਹੁੰਦੀ ਹੈ ਇੱਕ ਖਬਰ ਜਿਸ ਦੀ ਗੱਲ ਕਰਦੇ ਹਾਂ ਅਸੀਂ ਪ੍ਰੋਗਰਾਮ ਖਬਰ ਦੀ ਖਬਰ ਦੇ ਵਿੱਚ ਪ੍ਰਾਈਮ ਏਸ਼ੀਆ ਟੀਵੀ 'ਤੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹਰ ਰੋਜ਼ ਟੋਰਾਂਟੋ ਟਾਈਮਿੰਗ 8:30 ਸ਼ਾਮੀ ਅਤੇ ਇਸੇ ਟਾਈਮ ਵੈਨਕੂਵਰ ਜੱਜ ਦਾ ਵਿਚਾਰ ਹਰਮਨ ਜੀ ਹਾਂਜੀ ਕੋਈ ਗੱਲਬਾਤ ਵੀ ਸੁਣਾਓ ਕਿ ਜ਼ਿੰਦਗੀ 'ਚ ਕੀ ਚੱਲ ਰਿਹਾ ਕੀ ਹਾਸਲ ਕਰਨਾ ਚਾਹੁੰਦੇ ਹੋ ਹਾਂ ਮਤਲਬ ਤੁਸੀਂ ਜੇ ਵੱਡੇ ਹੁੰਦੇ ਤਾਂ ਫਿਰ ਕੀ ਬਣਦੇ ਤੁਸੀਂ ਹਲ ਤਾਂ ਵੱਡੀ ਹੋਣਾ ਆ ਤਾਂ ਹੀ ਕਹਿ ਰਹੇ ਜੇ ਉਹ ਹੋਣਗੇ ਵੱਡੇ ਫਿਰ ਕੀ ਬਣੋਗੇ ਦੇਖੋ ਜੇ ਪਹਿਲਾਂ ਸੋਚਣ ਲੱਗ ਜਾਓ ਨਾ ਤੇ ਉਹ ਕਦੀ ਪੂਰਾ ਨਹੀਂ ਹੁੰਦਾ ਗੁਰਪ੍ਰੀਤ ਜਦੋਂ ਮੈਂ ਵੱਡੀ ਹੋਊਂਗੀ ਫਿਰ ਮੈਂ ਸੋਚੂਂਗੀ ਕਿੰਨੇ ਕੁ ਵੱਡੇ ਹੋਣ ਦਾ ਇਰਾਦਾ ਮਤਲਬ ਹਾਲੇ ਤਾਂ ਮੈਂ ਬੱਚਾ ਆ ਕਿਹੜੀ ਚੀਜ਼ ਦਾ ਆਪਣੇ ਮਾਪਿਓ ਦਾ ਕੀ ਲਾਈਨ ਬੋਲਦੀ ਹੈ ਮੈਂ ਵੀ ਕਹਿ ਰਿਹਾ ਮਤਲਬ ਇਹ ਬੱਚਾ ਆ ਜੀ ਹਾਂ ਜਦੋਂ ਇਹ ਥੋੜਾ ਜਿਹਾ ਬੱਚਾ ਰੇੜੇ ਨੁੜਨ ਲੱਗਾ ਤੁਰਨ ਲੱਗ ਗਿਆ ਹਾਂ ਉਦੋਂ ਤੁਸੀਂ ਅੰਦਾਜ਼ਾ ਲਾਓ ਕਿ ਮਤਲਬ ਬਣਨਾ ਕੀ ਅੱਛਾ ਨਹੀਂ ਗੁਰਪ੍ਰੀਤ ਜੀ ਅੱਜ ਦੇਖੋ ਮੈਂ ਕਿੰਨੀ ਅੱਛੀ ਜਗ੍ਹਾ ਦੇ ਉੱਪਰ ਬੈਠੇ ਹਾਂ ਹੈਨਾ ਐਂਡ ਪ੍ਰੋਪਰ ਮਾਹੌਲ ਚੱਲ ਵੀ ਆ ਤੇ ਮੈਨੂੰ ਹੀਰ ਰਾਂਝਾ ਉਹ ਯਾਦ ਆ ਗਏ ਹੀਰ ਰਾਂਝਾ ਕਿਧਰ ਯਾਦ ਹੀਰ ਰਾਂਝੇ ਦੇ ਕਿੱਥੇ ਉੱਥੇ ਟਿਊਬਲ ਸੀ ਦੇ ਕਿੱਥੇ ਉੱਥੇ ਕਾਂ ਉੱਡਣ ਲੱਗ ਗਏ ਕਿੱਦਾਂ ਦੀ ਆਵਾਜ਼ ਕੱਢਦੇ ਹੁੰਨੇ ਤੁਸੀਂ ਮੈਂ ਕੋਈ ਆਵਾਜ਼ ਨਹੀਂ ਕੱਢੀ ਨਾਲੇ ਕੋਈ ਕਾਂ ਨਹੀਂ ਉੱਡਿਆ ਉੱਡਿਆ ਸੀ ਹੁਣੇ ਮੈਂ ਵੇਖਿਆ ਸੀ ਚਲੋ ਉਹਨੂੰ ਛੱਡੋ ਉਹ ਮੈਂ ਤੈਨੂੰ ਪਹਿਲਾਂ ਤੋਂ ਦੱਸਿਆ ਸ਼ੁਰੂ ਤੋਂ ਦੱਸਿਆ ਉਹਦੇ ਨਾਲ ਅੰਕਲ ਆਂਟੀ ਵੀ ਤੇਰੇ ਦੇਖ ਕੇ ਗਏ ਉਹ ਕਹਿੰਦੇ ਵੀ ਇਦਾਂ ਦੀ ਚੀਜ਼ ਚੜੇ ਤੇ ਬਿਠਾਈ ਉਹਨੇ ਜਾ ਕੇ ਸ਼ਿਕਾਇਤ ਲਾ ਦੇਣੀ ਸ਼ੁਕਰ ਕਰੋ ਉਹਨਾਂ ਨੇ ਪਛਾਣਿਆ ਨਹੀਂ ਉਹੀ ਆ ਉਹਨਾਂ ਤੇਰੀ ਕੰਨ ਤੋੜ ਦੇਣੀ ਅੱਛਾ ਨਹੀਂ ਗੁਰਪ੍ਰੀਤ ਜੀ ਮੈਂ ਚਾਹੁੰਦੀ ਸੀ ਵੀ ਤੁਸੀਂ ਅੱਜ ਸੁਣਾਓ ਹੀਰ ਆਖਦੀ ਜੋਗੀਆ ਹੀਰ ਆਖਦੀ ਜੋਗੀਆ ਨਾ ਤੋੜੀ ਛੱਲੀ ਜੋਗੀ ਕਿਤੋਂ ਛੱਲੀ ਤੋੜਨ ਲੱਗ ਮੈਂ ਤੋੜਨ ਲੱਗੀ ਸੀ ਹੀਰ ਤੇ ਜੋਗੀ ਦੀ ਗੱਲ ਹੋ ਰਹੀ ਅੱਛਾ ਹੀਰ ਆਖਦੀ ਜੋਗੀਆ ਨਾ ਤੋੜੀ ਛੱਲੀ ਛੱਲੀਆਂ ਵਾਲੇ ਜੇ ਆ ਗਏ ਤਾਂ ਕੁੱਟਣਗੇ ਬਹੁਤ ਜੋਗੀ ਆਖਦਾ ਹੀਰੇ ਤੂੰ ਆਪ ਭੂਆ ਬਣ ਜਾ ਅੱਗੇ ਇੱਥੇ ਪਿੰਡ ਵਿੱਚ ਫੁੱਫੜ ਨੇ ਮੈਂ ਕਹਿਣਾ ਨਹੀਂ ਚਾਹੁੰਦਾ ਮੈਂ ਤਾਂ ਰਿਹਾ ਨਹੀਂ ਗਿਆ
ਮਸਾ ਲਾਈਨ ਜੋੜ ਰਹੀ ਸੀ ਕਿਉਂਕਿ ਮੇਰੀ ਜ਼ਿੰਦਗੀ ਦਾ ਇੱਕੋ ਮਕਸਦ ਹੈ ਕਿ ਮੈਂ ਲਾਈਨਾਂ ਦਾ ਲਾਈਨਾਂ ਜੋੜ ਪਹਿਲਾਂ ਬਚਪਨ ਦੇ ਵਿੱਚ ਮੈਡਮ ਕਹਿੰਦੀ ਕਿਤਾਬਾਂ 'ਚ ਲਾਈਨਾਂ ਦਾ ਲਾਈਨਾਂ ਨਹੀਂ ਜੁੜਦੀਆਂ ਨਹੀਂ ਮੈਂ ਵੈਸੇ ਤੇਰੇ ਹੱਥ ਦੀਆਂ ਲਾਈਨਾਂ ਦਾ ਕਿੱਦਾਂ ਬਹੁਤ ਅੱਛੀਆਂ ਨੇ ਆ ਵੇਖੋ ਚੰਦ ਵੀ ਪੂਰਾ ਬਣਦਾ ਹੈ ਕਹਿੰਦੇ ਜਿਹੜਾ ਚੰਦ ਬਣਦਾ ਹੋਵੇ ਨਾ ਉਹਨੂੰ ਪੁਰਾਣਾ ਬੜਾ ਸੋਹਣਾ ਮਿਲਦਾ ਹੈ ਮਤਲਬ ਸੁਹੱਪਣ ਭਾਈ ਤੁਹਾਡਾ ਰਗੜਿਆ ਜਾਣਾ ਜਦੋਂ ਤੁਸੀਂ ਕਿਤੇ ਕਾਬੂ ਆ ਗਏ ਸੁਹੱਪਣ ਸੁਹੱਪਣ ਕੁੜੀਆਂ ਦਾ ਹੁੰਦਾ ਉਹਦਾ ਕਿ ਹੈਂਡਸਮ ਹੁੰਦੇ ਨੇ ਹੈਂਡਸਮ ਤੁਹਾਡਾ ਰਗੜਿਆ ਜਾਣਾ ਭਾਜੀ ਹੈਂਡਸਮ ਕਿ ਰਗੜਿਆ ਜਾਣਾ ਹੱਦ ਹੋ ਗਈ ਤੂੰ ਆਪੇ ਕਿ ਹੈਂਡਸਮ ਹੁੰਦਾ ਨਹੀਂ ਮੇਰੀ ਗੱਲ ਸੁਣ ਆਪਾਂ ਆਪਾਂ ਮਤਲਬ ਚੇਂਜ ਕੀ ਲੈ ਇੱਕ ਚੀਜ਼ ਹੋਰ ਮੈਂ ਦੱਸ ਦਿਆਂ ਜੀ ਜਿੱਦਾਂ ਹੁਣ ਤੁਸੀਂ ਪ੍ਰੋਗਰਾਮ ਨੂੰ ਦੇਖ ਰਹੇ ਹੋ ਜਾਂ ਤੁਸੀਂ ਫੇਸਬੁੱਕ 'ਤੇ ਯੂਟਿਊਬ 'ਤੇ ਵੀ ਜਦੋਂ ਦੇਖੋਗੇ ਨਾ ਤਾਂ ਇੱਕ ਛੋਟਾ ਜਿਹਾ ਕੰਮ ਪਲੀਜ਼ ਸਾਡੇ ਲਈ ਕਰਿਓ ਸਾਡਾ ਵਟਸਐਪ ਨੰਬਰ ਹੈ ਉਹਦੇ ਉੱਪਰ ਤੁਸੀਂ ਵਟਸਐਪ ਕਰਕੇ ਆਪਣੀ ਫੀਡਬੈਕ ਇੱਕ ਸਾਲ ਦਾ ਤੁਹਾਡਾ ਸਾਡੇ ਨਾਲ ਐਕਸਪੀਰੀਅੰਸ ਜਾਂ ਕੀ ਹੋਰ ਤੁਸੀਂ ਚੇਂਜ ਚਾਹੁੰਦੇ ਹੋ ਜਾਂ ਕਿਵੇਂ ਤੁਸੀਂ ਚਾਹੁੰਦੇ ਹੋ ਕਿ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਹੋਰ ਚੇਂਜ ਲਿਆ ਸਕਦੇ ਜਾਂ ਇਸ ਇੱਕ ਸਾਲ ਦੇ ਵਿੱਚ ਅਸੀਂ ਕਿੰਨਾ ਕੁ ਸਫਲ ਹੋ ਪਾਏ ਹਾਂ ਤੁਹਾਨੂੰ ਖੁਸ਼ ਕਰਨ ਦੇ ਵਿੱਚ ਜਾਂ ਹੋਰ ਕੋਈ ਸੁਜੈਸ਼ਨ ਹੋਵੇ ਤੁਹਾਡੀ ਜਾਂ ਕੋਈ ਮੈਸੇਜ ਦੇਣਾ ਚਾਹੋ ਸਾਡੇ ਲਈ ਤਾਂ ਉਹ ਡੈਫੀਨੇਟਲੀ ਤੁਸੀਂ ਸਾਡੇ ਵਟਸਐਪ ਨੰਬਰ ਦੇ ਉੱਪਰ ਦੇ ਸਕਦੇ ਹੋ ਬਿਲਕੁਲ ਜੀ ਸਾਨੂੰ ਅੱਛਾ ਲੱਗੇਗਾ ਕਿਉਂਕਿ ਇੱਕ ਜਿਹੜੀ ਇੰਟਰੈਕਸ਼ਨ ਹੈ ਇੱਕ ਆਪਸੀ ਜਿਹੜਾ ਪਿਆਰ ਹੈ ਇੱਕ ਸਾਲ ਦਾ ਇੰਨਾ ਵੱਡਾ ਜਿਹੜਾ ਸਫ਼ਰ ਹੈ ਉਹਦੇ ਵਿੱਚ ਸਾਨੂੰ ਆਪਣਾ ਆਪਣਾ ਪਾਂਝਾ ਲੱਗਣ ਲੱਗਿਆ ਬਹੁਤ ਸਾਰੀਆਂ ਚੇਂਜਸ ਅਸੀਂ ਤੁਹਾਡੇ ਅਕੋਰਡਿੰਗਲੀ ਲਿਆਉਂਦੀਆਂ ਵੀ ਨੇ ਪ੍ਰੋਗਰਾਮ ਫਿਊਚਰ ਵੀ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਜਿੱਦਾਂ ਕਿ ਅਸੀਂ ਅੱਜ ਕੋਸ਼ਿਸ਼ ਕੀਤੀ ਮੈਨੂੰ ਲੱਗਦਾ ਵੀ ਮੋਟੋ ਲਾਈਟ ਆਉਣ ਦਾ ਟਾਈਮ ਹੋ ਗਿਆ ਜਦੋਂ ਪਹਿਲਾਂ ਵੀ ਇਹ ਖਰ ਕਰਕੇ ਪਾਣੀ ਚੱਲੇ ਜਿਹੜੀ ਮੇਰੀ ਵਿਸ਼ ਸੀ ਹਾਂ ਹਾਂ ਉਹ ਇਹਦੋਂ ਪਹਿਲਾਂ ਕਿ ਪੂਰੀ ਹੋਵੇ ਤੇ ਮਤਲਬ ਤੂੰ ਐ ਉਲਟ ਕੇ ਤੇ ਉਹ ਪਾਈਪ 'ਚ ਜਾ ਅੜੇ ਐਡੀ ਵੀ ਕੋਈ ਗੱਲ ਨਹੀਂ ਹੈਗੀ ਅੱਛਾ ਪੈਰ ਥੱਲੇ ਲੱਗ ਰਹੇ ਮੇਰੇ ਜੇ ਮੈਂ ਕਹਿੰਦਾ ਕਿ ਮੈਂ ਲੋ ਉਲਟਾ ਆਣਾ ਹੈ ਤੇ ਫਿਰ ਇਹਨੇ ਮਰਨਾ ਨਹੀਂ ਹੁਣ ਇਹਨੇ ਆਪਣੇ ਆਪ ਹੀ ਐਕਸੈਪਟ ਕਰ ਲਿਆ ਵੀ ਐਡੀ ਪਾਣੀ ਦੀ ਹਿੰਮਤ ਨਹੀਂ ਵੀ ਮੈਨੂੰ ਲਾ ਸਕੇ ਮੇਰਾ ਮਤਲਬ ਉਹ ਨਹੀਂ ਸੀ ਨਹੀਂ ਮਤਲਬ ਜਿਹੜਾ ਸੀ ਉਹ ਸਮਝਣ ਵਾਲਾ ਸਮਝ ਗਿਆ ਹੀਰ ਆਖਦੀ ਜੋਗਿਆ ਤੋੜ ਛੱਲੀ ਆਇਆ ਹੋਣਾ ਯਾਰ ਮੈਨੂੰ ਛੱਲੀ ਪਸੰਦ ਆ ਗਿਆ ਛੱਲੀ ਤੋੜਦੀ ਤੋੜਦੀ ਤੱਲੇ ਤੂੰ ਕੁਛ ਨਾ ਕੋਈ ਲੜਾ ਲੈਣਾ ਮੈਨੂੰ ਲੱਗਦਾ ਨਹੀਂ ਆ ਮੈਨੂੰ ਇੱਥੇ ਫੇਲ ਪਾਸ ਉਹ ਕੀ ਲੇਡੀ ਬਰਡ ਉਹ ਲੱਭ ਗਈ ਆ ਫੇਲ ਪਾਸ ਦਾ ਕੀ ਮਤਲਬ ਹੈ ਉਹ ਫੇਲ ਪਾਸ ਹੁੰਦੀ ਆ ਛੱਲੀ ਨਾ ਤੋੜੀ ਕਿਉਂ ਉਹ ਅੰਕਲ ਆਉਂਦੇ ਆ ਕੋਈ ਗੱਲ ਨਹੀਂ ਉਹ ਮੇਰੀ ਸੁਣ ਲੈ ਗੱਲ ਹੈਲੋ ਬਸ ਮੇਰਾ ਉਹ ਗਰੀਬ ਕੌਮ ਇਹ ਛੱਲੀ ਭੁੰਨਣ ਵਾਲੀ ਵੀ ਨਹੀਂ ਗੀ ਯਾਰ ਮੈਂ ਤੋੜ ਤਾਂ ਲਈ ਆ ਨਾ ਹੁਣ ਮੈਨੂੰ ਕੀ ਪਤਾ ਸੀ ਮਤਲਬ ਹੈ ਕਿੱਦਾਂ ਦੀ ਆ ਤੂੰ ਗਲਤ ਜੀਵਨਾ ਕਰਾਂਗੇ ਕੀ ਕੋਈ ਮੈਂ ਵੇਖੂੰਗੀ ਹੈਗੀ ਆ ਕੀ ਹੈਗੀ ਵਿੱਚ ਦਾਣੇ ਹੈਗੇ ਆ ਓਏ ਹੋਏ ਛੱਲੀ ਦਾ ਜਲੂਸ ਕੱਢਦਾ ਆ ਵੇਖ ਫੜ ਜਾ ਕੋਣ ਹੋਰ ਖਾਣੀਆਂ ਨਹੀਂ ਅਜੇ ਕੱਚੀ ਹੈ ਤੇ ਕੱਚੀ ਮਿੱਠੀ ਮਿੱਠੀ ਹੁੰਦੀ ਕਦੀ ਖਾਦੀ ਉਹ ਬਹੁਤ ਜ਼ਿਆਦੀ ਕੱਚੀ ਆ ਉਹ ਗਰੀਬ ਕੌਮ ਵਾਲੀਆਂ ਗੱਲਾਂ ਕਰਦੇ ਨਹੀਂ ਮੈਂ ਖਾ ਲੂੰਗੀ ਇਦਾਂ ਹੀ ਖਾ ਜਾ ਹੈ ਨਾ ਆਈ ਵਾਂਟ ਟੂ ਟਰਾਈ ਇਵਨ ਟਰਾਈ ਮੈਂ ਦੰਦੀ ਵੜ ਕੇ ਵੇਖਾਂ ਕਿਨਾ ਬਲਾ ਇੱਕ ਮਿੰਟ ਆ ਵਾਲ ਜੇ ਤਲਾ ਤੁਹਾਨੂੰ ਪਤਾ ਹੀ ਵਾਲਾਂ ਦੇ ਨਾਲ ਪੱਥਰੀ ਦਾ ਇਲਾਜ ਹੁੰਦਾ ਉਹ ਤੇ ਵਧੀਆ ਤੇਰੀਆਂ ਨਿਕਲ ਜਾਣਗੀਆਂ ਮਾੜਾ ਕੀ ਵਿੱਚ ਹੋਰ ਵੀ ਕੁਝ ਪਾਉਣਾ ਪੈਂਦਾ ਹੋਰ ਕੀ ਪਾਉਣਾ ਪੈਂਦਾ ਹੋਰ ਬਾਅਦ ਖਾ ਲਈ ਨਾ ਓਏ ਹੋਏ ਮੇਰਾ ਖਿਆਲ ਆ ਜੀ ਹੁਣ ਤੁਸੀਂ ਸਮਝ ਕੇ ਹੋਗੇ ਕਿ ਵੀ ਮੈਂ ਜੋ ਕਹਿੰਦਾ ਨਾ ਉਹ ਗਲਤ ਨਹੀਂ ਕਹਿੰਦਾ ਹੁੰਦਾ ਕੀ ਕਿ ਇਹ ਕਿੱਦਾਂ ਦੇ ਮੈਡਮ ਨੇ ਮਿੱਟੀ ਆ ਵੇ ਅਗਰ ਕੱਲੀ ਛੱਲੀ ਤੂੰ ਮੈਂ ਤੇ ਤੈਨੂੰ ਮੈਂ ਪੂਰਾ ਟਾਂਡਾ ਹੀ ਨਾ ਤੋੜ ਕੇ ਦੇਵਾਂ ਟਾਂਡਾ ਮਤਲਬ ਆ ਟਾਂਡਾ ਆ ਪੂਰਾ ਆ ਪੂਰਾ ਮੈਂ ਕੀ ਕਰਨਾ ਤੇ ਹੁਣ ਮਾਹੌਲ ਚੱਲਦੇ ਤੇਰਾ ਹੁਣ ਪੱਠਿਆਂ ਵਾਲਾ ਬਣ ਗਿਆ ਐਕਸਕਿਊਜ਼ ਪੱਠੇ ਆ ਛੱਲੀ ਆ ਇਹਨੇ ਮਤਲਬ ਜਿਹੜੇ ਤਰੀਕੇ ਨਾਲ ਮਤਲਬ ਮੈਂ ਜ਼ਿੰਦਗੀ ਚ ਨਹੀਂ ਕਦੀ ਦੇਖਿਆ ਕੋਈ ਬੰਦਾ ਇਦਾਂ ਮਤਲਬ ਪਰ ਇਹ ਸੱਚੀ ਬਹੁਤ ਮਿੱਠੀ ਟਰਾਈ ਕਰਕੇ ਨਹੀਂ ਮੈਂ ਨਹੀਂ ਖਾਦਾ ਇੱਕ ਵਾਰ ਤਾਂ ਉਦਾਂ ਤੁਸੀਂ ਮਿੱਟੀ ਨਾਲ ਜੁੜੇ ਲੋਕ ਹੋ ਇਦਾਂ ਤੁਸੀਂ ਛੱਲੀ ਨਹੀਂ ਖਾ ਸਕਦੇ ਮਿੱਟੀ ਨਾਲ ਜੁੜੇ ਸਾਇੰਸ ਸਾਨੂੰ ਤਾਂ ਹੀ ਪਤਾ ਵੀ ਕਿਹੜੀ ਚੀਜ਼ ਕਿੱਦਾਂ ਖਾਣੀ ਚਾਹੀਦੀ ਗੁਰਪ੍ਰੀਤ ਨੂੰ ਭੁੰਨ ਲਾਂਗੇ ਆਪਾਂ ਜਾ ਕੇ ਦਫ਼ਤਰ ਇਹ ਮੈਂ ਉਹੀ ਕਹਿ ਰਿਹਾ ਮਤਲਬ ਸਾਨੂੰ ਐਟ ਲੀਸਟ ਇੰਨਾ ਕਿ ਤੇ ਪਤਾ ਵੀ ਕਿਹੜੀ ਚੀਜ਼ ਕਿੱਦਾਂ ਖਾਣੀ ਚਾਹੀਦੀ ਆ ਕੀ ਲੱਗਿਆ ਇਹਨੂੰ ਮੈਨੂੰ ਤਾਂ ਐਂ ਲੱਗਦਾ ਵੀ ਜਿਹੜੇ ਤਰੀਕੇ ਨਾਲ ਤੂੰ ਇਹਨੂੰ ਖਾਣਾ ਸ਼ੁਰੂ ਕੀਤਾ ਨਾ ਜੇ ਕੱਲ੍ਹ ਨੂੰ ਜਿੱਦਾਂ ਹੋਣਾ ਕਮਾਦ ਹੈ ਜੇ ਛੋਟਾ ਜੀ ਮੈਂ ਬਤਾ ਦਿਆਂ ਮੇਰਾ ਦਿਲ ਜੀ ਵੀ ਇੱਥੋਂ ਮੈਂ ਇੱਕ ਅੱਧਾ ਗੰਨਾ ਕੱਢ ਕੇ ਚੁੱਕ ਲਵਾਂ ਹੁਣੇ ਹੁਣੇ ਮੈਡਮ ਪਤਾ ਕੀ ਕਹਿ ਰਹੇ ਇਹ ਛੋਟਾ ਕਿਉਂ ਆ ਵੱਡਾ ਹੁੰਦਾ ਮੈਂ ਹੁਣ ਨੂੰ ਗੰਨਾ ਕੱਢ ਕੇ ਵੀ ਚੂਪ ਲੈਣਾ ਸੀ ਮੈਂ ਕਿਤੇ ਪ੍ਰੀਟੀ ਜ਼ਿੰਟਾ ਤੋਂ ਘੱਟ ਆ ਇਹ ਤੇਰੇ ਘਰ ਦੇ ਕਿੱਦਾਂ ਚੱਲਦੇ ਨੇ ਵੱਡੀ ਉਮੀਦ ਨਹੀਂ ਮਤਲਬ ਸੋਚਣ ਵਾਲੀ ਗੱਲ ਹੈ ਬਹੁਤ ਪਿਆਰ ਕਰਦੇ ਆ ਮੈਨੂੰ ਮੈਨੂੰ ਉਹ ਪਿਆਰ ਤਾਂ ਉਹਨੇ ਕਰਨਾ ਕਿਉਂਕਿ ਉਹਨੂੰ ਪਤਾ ਇਦਾਂ ਦੀ ਚੀਜ਼ ਨੂੰ ਪਿਆਰ ਕਰਨਾ ਚਾਹੀਦਾ ਕਿਉਂਕਿ ਕੁਛ ਨਹੀਂ ਪਤਾ ਇਹਦਾ ਮਤਲਬ ਫਿਲਹਾਲ ਮੈਂ ਜਾਵਾਂ ਹੁਣ ਕਿੱਥੇ ਚੱਲਨੇ ਆ ਉਹ ਜੇ ਅੰਕਲ ਆ ਗਏ ਤੂੰ ਹੀ ਬਚਾਉਣਾ ਮੈਨੂੰ ਨਹੀਂ ਉਹਨਾਂ ਨੇ ਵੇਖ ਲਿਆ ਮੈਂ ਨਾ ਇਹਦਾ ਡੀਐਨਏ ਟੈਸਟ ਕਰਾਓ ਛੱਲੀ ਦਾ ਵੀ ਹਾਲਾਤ ਕੀ ਨੇ ਇਹਦੇ ਉਹ ਸਵਾਦ ਬਹੁਤ ਆ ਸੱਚੀ ਕਹਿ ਰਹੀ ਆ ਕੱਲ ਸਾਰੀ ਖਾ ਗਏ ਖਾ ਫਟਾਫਟ ਮੈਂ 10 ਗਿਣਾਂ ਦਾ 10 ਗਿਣਦੇ ਪਹਿਲਾਂ ਤੂੰ ਕਿੰਨੀ ਖਾ ਲਈ ਇਹ ਚਲੋ 1 ਹਾਂ 2 2 ਹਾਂ 3 4 ਖਾ 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 ਫਟਾਫਟ ਹਾਂ 5 6 ਖਾ ਜਾ ਖਾ ਜਾ
ਤੂੰ ਕਾਊਂਟਿੰਗ ਜਾਰੀ ਰੱਖ 6 6 6 6 6 6 7 ਜੇ ਮੇਰਾ ਟੇਰ ਦੁਗਿਆ ਨਾ ਵੱਜ ਨਹੀਂ ਉਹ ਫਿਰ ਹੁਣ ਕੁਛ ਤਾਂ ਪਤਾ ਲੱਗੂਗਾ ਹੀ ਫਿਰ ਹੁਣ ਪਛਲੀ ਸਵਾਦ ਬਹੁਤ ਆ ਸੱਚੀ ਗੱਲ ਆਪਾਂ ਚੱਲੀਏ ਇੱਕੋ ਹੀ ਲਵਾਂਗੇ ਨਹੀਂ ਹੁਣ ਮੱਕੀ ਦਾ ਮਤਲਬ ਕਿੱਲਾ ਨਾ ਨਾ ਕਰਾ ਦੀ ਤੇਰੇ ਨਹੀਂ ਨਹੀਂ ਮਤਲਬ ਮੈਨੂੰ ਇਹ ਆ ਜਦ ਤੇ ਅੰਕਲ ਨਹੀਂ ਆਉਂਦੇ ਜਿੰਨਾ ਦਾ ਲੱਗਦਾ ਨਾ ਛੱਲੀਆਂ ਤੋੜ ਲੋ ਦਫ਼ਤਰ ਜਾ ਕੇ ਭੁੰਨ ਭੁੰਨ ਖਾਵਾਂਗੇ ਕਮੀ ਕਿਸੇ ਚੀਜ਼ ਦੀ ਅਮਨ ਭਾਈ ਨੇ ਰਹਿਣ ਨਹੀਂ ਦਿੱਤੀ ਨਿੰਬੂ ਉੱਥੇ ਪਏ ਕਿਲੋਆਂ ਦੇ ਹਿਸਾਬ ਨਹੀਂ ਵੈਸੇ ਸੋਚਣ ਵਾਲੀ ਗੱਲ ਆ ਮਤਲਬ ਜਦੋਂ ਇਹ ਸਲਾਹਾਂ ਦਿੰਦੇ ਹੁੰਦੇ ਨੇ ਗੱਲ ਕਰਦੀ ਹੁੰਦੀ ਆ ਕਿਸਾਨਾਂ ਦਾ ਇਹ ਹੋ ਗਿਆ ਕਿਸਾਨ ਵੀਰਾਂ ਦਾ ਉਹ ਹੋ ਗਿਆ ਹੁਣ ਕਿਸਾਨਾਂ ਦਾ ਨੁਕਸਾਨ ਇਹ ਦਿੰਦੇ ਹੁੰਦੇ ਕਾਹਦਾ ਨੁਕਸਾਨ ਇੱਕ ਛੱਲੀ ਲਈ ਆ ਇਹਦਾ ਕਾਹਦਾ ਨੁਕਸਾਨ ਕਿਸਾਨਾਂ ਦਾ ਇੱਕ ਇੱਕ ਛੱਲੀ ਉਹ ਵੀ ਤਿਰ ਗਈ ਆਈਟਮ ਜੇ ਮਤਲਬ ਤੋੜਨ ਲੱਗ ਪਏ ਨਾ ਵੱਡੀ ਵੀ ਆਈਟਮ ਪਹਿਲਾਂ ਮੈਨੂੰ ਇਹ ਦੱਸੋ ਸੱਭਿਆਚਾਰਕ ਪਰਿਵਾਰਕ ਪ੍ਰੋਗਰਾਮ ਆ ਇਹ ਆ ਪਰਿਵਾਰਕ ਸ਼ੋਅ ਵਾਲੀਆਂ ਗੱਲਾਂ ਤੂੰ ਨਹੀਂ ਕਰਨੀ ਜਿਹੜੀਆਂ ਕੱਚੀਆਂ ਛੱਲੀਆਂ ਖਾਣ ਨਹੀਂ ਗੁਰਪ੍ਰੀਤ ਜੀ ਪਰਿਵਾਰਾਂ 'ਚ ਇਦਾਂ ਹੀ ਹੁੰਦਾ ਆ ਇਹ ਪਰਿਵਾਰਾਂ 'ਚ ਨਹੀਂ ਹੁੰਦਾ ਇਹ ਤੁਹਾਡੇ ਪਰਿਵਾਰਾਂ 'ਚ ਹੋ ਸਕਦਾ ਇੱਕ ਅੱਧਾ ਅਥਰਾ ਜਵਾਕ ਹੁੰਦਾ ਮੇਰੇ ਵਰਗਾ ਹਰੇਕ ਪਰਿਵਾਰ 'ਚ ਜਿਹਦਾ ਕੰਮ ਹੁੰਦਾ ਕਿ ਉਹਨੂੰ ਖਰੀਦੀ ਹੋਈ ਚੀਜ਼ ਨਹੀਂ ਇੰਨੀ ਸਵਾਦ ਲੱਗਦੀ ਜਿੰਨੀ ਚੋਰੀ ਤੋੜ ਕੇ ਖਾਣ ਦਾ ਮਜ਼ਾ ਆਉਂਦਾ ਮੈਂ ਉਹਨਾਂ 'ਚੋਂ ਇੱਕ ਹਾਂ ਪਰ ਇਹ ਦੱਸ ਤੂੰ ਛੱਲੀ ਕਿਉਂ ਭੰਨੀ ਮੈਂ ਤਾਂ ਕਾਹਦੀ ਭੰਨੀ ਹੁੰਦੀ ਉਹ ਆਦੀ ਹਾਜ਼ਰ ਹੈ ਜੱਜ ਦਾ ਵਿਚਾਰ ਤੁਹਾਡੀ ਤੇ ਸਾਡੀ ਯਾਨੀ ਕਿ ਸਾਡੀ ਸਾਰਿਆਂ ਦੀ ਜ਼ਿੰਦਗੀ ਨਾਲ ਸੰਬੰਧਿਤ ਮਸਲੇ ਕੁਝ ਦੇਸ਼ ਦੇ ਕੁਝ ਪ੍ਰਦੇਸ਼ ਦੇ ਕੁਝ ਵਿਦੇਸ਼ ਦੇ ਕੁਝ ਇਤਿਹਾਸ ਦੇ ਕੁਝ ਮਿਥਿਹਾਸ ਦੇ ਕੁਝ ਸਮਾਜ ਦੇ ਕੁਝ ਰਾਜਨੀਤੀ ਦੇ ਕੁਝ ਚੰਗੇ ਵੀ ਕਦੇ ਕਦੇ ਮਾੜੇ ਵੀ ਅਸੀਂ ਸਾਰੇ ਮਸਲੇ ਵਿਚਾਰਦੇ ਹਾਂ ਤੁਸੀਂ ਦੇਖ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਤੱਕ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਐਟ ਪ੍ਰਾਈਮ ਏਸ਼ੀਆ ਟੀਵੀ ਦੀ ਹਾਜ਼ਰ ਹੈ ਜੱਜ ਦਾ ਵਿਚਾਰ ਕੱਚੀਆਂ ਛੱਲੀਆਂ ਖਾਣ ਵਾਲੀ ਕੌਮ ਮੈਂ ਲਿਟਣ ਲੱਗ ਜਾਣਾ ਨਹੀਂ ਤਾਂ ਤੂੰ ਖਾ ਲੈ ਲੇਟ ਆ ਜੁੱਤੀ ਮੈਨੂੰ ਫੜਾ ਲੈ ਨਹੀਂ ਉਹਦੇ ਲੇਟ ਜਰਾ ਪਤਾ ਲੱਗੇ ਤੈਨੂੰ ਥੋੜਾ ਜਿਹਾ ਮੈਂ ਨਹੀਂ ਹੂੰ ਚਲ ਆਪਾਂ ਹੁਣ ਪਹੁੰਚ ਚੱਲੇ ਆ ਹੁਣ ਕਿਤੇ ਕਿੰਨਾ ਸਮਾਂ ਰਹਿ ਗਿਆ ਤੂੰ ਆਪੇ ਤੈਨੂੰ ਬੜੀ ਪਹਿਲਾਂ ਤਾਂ ਬੜੀ ਖੁਸ਼ ਹਾਂ ਜੀ ਅਸੀਂ ਬਾਹਰ ਕਰ ਰਹੇ ਓਪਨ ਚ ਕਰ ਰਹੇ ਅਸੀਂ ਓਪਨ ਚ ਕਰ ਉਹ ਆਟੋ ਆਉਂਦਾ ਓਏ ਆਟੋ ਆ ਗਈ ਹਾਂ ਆਟੋ ਤੇ ਤੇਰਾ ਦਾਲ ਆਇਆ ਉਹ ਨਿਆਣੇ ਵਾਲਾ ਆਪੂਆ ਸਕੂਲ ਚੱਲੇ ਤਾਂ ਜਵਾਕ ਹਾਂ ਨਹੀਂ ਮੰਨਦੇ ਨਹੀਂ ਮੰਨਦੇ ਚਲ ਕੋਈ ਨਾ ਆ ਜਾਣ ਦਿਓ ਤੂੰ ਸਾਈਕਲ ਹੀ ਨਹੀਂ ਲੈ ਸਕਦਾ ਪੁੱਛਾਂ ਅੰਕਲ ਨੂੰ ਨਹੀਂ ਉਹ ਤਾਂ ਇਧਰ ਤੁਸੀਂ ਚੱਲੇ ਪਿੰਡ ਨੂੰ ਚੱਲੇ ਜੀ ਹਾਂਜੀ ਅੱਛਾ ਬਾ ਠੀਕ ਫਿਰ ਤੇ ਇਹ ਤਾਂ ਇਧਰ ਨੂੰ ਜਾਣ ਵਾਲੇ ਉਹਨਾਂ ਉਧਰ ਨੂੰ ਜਾਣਾ ਸਾਈਕਲ ਆਇਆ ਵੀ ਗੁਆਤਾ ਚਲ ਆ ਜਾ ਹੁਣ ਆਪਾਂ ਆਪਣਾ ਪਹੁੰਚ ਜਾਣਾ ਵਾ ਛੇਤੀ ਮੈਂ ਨਹੀਂ ਤੋਂ ਨਾ ਉਹ ਦੇ ਲੈ ਗੱਡੀ ਆ ਗਈ ਆਪਣੀ ਤੂੰ ਨਹੀਂ ਮੈਂ ਫੋਨ ਨਹੀਂ ਕੀਤਾ ਉਹ ਦੇਖ ਆ ਗਈ ਗੱਡੀ ਇਹ ਹੌਲੀ ਹੌਲੀ ਪਤਾ ਨਹੀਂ ਕਿਉਂ ਲਈ ਆਉਂਦਾ ਉਹ ਤਾਂ ਬੱਸ ਹੋਣਾ ਉਹ ਕੀ ਕਰੀ ਜਾਂਦੇ ਤੂੰ ਨਿਆਣਾ ਹੌਲੀ ਹੌਲੀ ਕਿਉਂ ਆਉਂਦਾ ਆ ਬਸ ਆ ਗਿਆ ਆ ਗਿਆ ਆ ਗਿਆ ਕੋਈ ਗੜਬੜ ਨਾ ਹੋਵੇ ਜਿੱਦਾਂ ਹੌਲੀ ਹੌਲੀ ਲਈ ਆਉਂਦਾ ਕਦੀ ਕੋਈ ਨਾ ਚੰਗੀ ਗੱਲ ਵੀ ਮੂੰਹੋਂ ਕੱਢ ਲਿਆ ਕਰ ਨਹੀਂ ਨਹੀਂ ਚੰਗੀ ਗੱਲ ਕਿ ਹੁਣ ਤਾਂ ਆ ਗਈ ਗੱਡੀ ਹੁਣ ਤਾਂ ਕੋਈ ਰੌਲਾ ਨਹੀਂ ਹੈਗਾ ਆ ਗਈ ਹਾਂ ਇਹ ਰੁਕ ਕਾਤੇ ਗਿਆ ਪਤਾ ਕੋਈ ਨਹੀਂ ਪੁੱਛਾਂ ਪਤਾ ਕੋਈ ਨਹੀਂ ਕਿਉਂ ਰੁਕਿਆ ਮੁੰਡਾ ਵੀ ਸਾਈਕਲ ਤੇ ਲੰਘ ਗਿਆ ਵੇਖ ਲਾ ਚੱਲ ਆ ਜਾ ਹੁਣ ਮੈਂ ਨਹੀਂ ਹਾਂ ਉਹ ਕੀ ਹੋ ਗਿਆ ਖਰਾਬ ਹੋ ਗਈ ਕਹਿੰਦਾ ਤੇ ਉੱਥੋਂ ਤੱਕ ਤੁਰ ਕੇ ਚੱਲ ਜਾ ਤੈਨੂੰ ਕੀ ਪ੍ਰੋਬਲਮ ਮੈਂ ਨਹੀਂ ਜਾਣਾ ਇੱਥੇ ਹੀ ਜਾਉਂ ਮੈਂ ਬਹਿ ਕੇ ਯਾਰ ਤੂੰ ਕਮਲੀ ਆ ਦੱਸ ਕਮਾਲ ਮੈਨੂੰ ਨਹੀਂ ਪਤਾ ਹੈਗਾ ਐਵੇਂ ਉਹ ਹੈਲੋ ਮੇਰੀ ਗੱਲ ਸੁਣ ਪਤਾ ਹੀ ਗੱਲ ਇੱਥੇ ਹੁਣ ਐਡੀ ਦੂਰ ਤੋਤੇ ਚਿੜੀਆਂ ਕਾਂ ਘੁੱਗੀਆਂ ਗਟਾਰਾਂ ਕੀ ਕਹਿਣਗੇ ਵੀ ਤੇਰਾ ਤਾਂ ਪੱਕਾ ਮੈਨੂੰ ਲੱਗਦਾ ਤੇਰੀ ਨੀਤ ਮੈਨੂੰ ਕਿਡਨੈਪ ਕਰਨ ਦੀ ਸੀ ਉਹ ਤਾਂ ਮੈਂ ਨਹੀਂ ਵਾਪਸ ਜਾਣ ਦਿੱਤੀ ਉਹ ਹੈਲੋ ਸਾਰਾ ਪਸੀਨਾ ਕਰਤਾ ਉਹ ਹੈਲੋ ਕਿਡਨੈਪ ਹਾਂ ਉਹ ਮੈਨੂੰ ਸਮਝ ਨਹੀਂ ਆ ਰਹੀ ਮੈਂ ਰੋਵਾਂਗੇ ਅੱਸਾ ਮੈਨੂੰ ਕਿਡਨੈਪ ਕਰਨ ਦੇ ਬਾਅਦ ਨੁਕਸਾਨ ਦਾ ਥਾਂ ਆ ਕਿਉਂ ਰਾਸ਼ਨ ਕਿੰਨੇ ਖੋਣਾ ਤੈਨੂੰ ਮੰਨ ਲੈ ਤੇਰੇ ਘਰ ਦਾ ਦੋ ਦਿਨ ਤੇਰਾ ਪਤਾ ਨਾ ਲਿਆ ਮੈਂ ਤੇ ਕਰਜਾਈ ਹੋ ਜੂੰ ਮੇਰਾ ਨਾ ਸਾਰਾ ਮੇਕਅਪ ਖਰਾਬ ਹੋ ਗਿਆ ਮੈਨੂੰ ਸੜੇ ਸੜੇ ਪੀਜੇ ਸੁਣਾਉਣ ਦੀ ਲੋੜ ਨਹੀਂ ਹੈ ਸਾਲ ਮਨਾ ਲਓ ਦੇਖੋ ਜੀ ਇੱਕ ਸਾਲ ਪੂਰਾ ਹੈ ਜਿਹੜੀ ਖੁਸ਼ ਸੀ ਗੁਰਦੁਆਰਾ ਸਾਹਿਬ ਤੋਂ ਮਾਰ ਮੱਥਾ ਮੁੱਥਾ ਟੇਕ ਕੇ ਅਸੀਂ ਤੁਰੇ ਕਿੰਨੀ ਖੁਸ਼ ਕਿੰਨੀ ਪਿਆਰੀ ਲੱਗ ਰਹੀ ਮਤਲਬ ਮੈਂ ਛੋਟਾ ਵਜਾ ਮਾਰ ਕੱਚੀਆਂ ਛੱਲੀਆਂ ਖਾਧੀਆਂ ਨੇ ਅੱਜ ਇੰਜੋਏ ਕੀਤਾ ਜਾਂਦੀ ਹੁਣ ਉਹ ਗੱਡੀ ਤੱਕ ਜਾਂਦਾ ਕੀ ਤੰਗੀ ਦੱਸ ਮੈਂ ਨਹੀਂ ਜਾਣਾ ਇੱਥੇ ਹੀ ਬਹਿ ਕੇ ਜਾਊਂਗੀ ਮੈਨੂੰ ਨਹੀਂ ਪਤਾ ਚੱਲ ਮੈਂ ਤਾਂ ਲੈ ਕੇ ਆਵਾਂ ਗੱਡੀ ਵਾਲ ਨੂੰ ਜਾ ਛੇਤੀ ਜਾ ਚੱਮ ਗਿਆ ਉਹ ਕੀ ਹੋ ਗਿਆ ਨਾ ਛੇਤੀ ਮੁੜ ਆਈ ਜੇ ਮੁੜ ਗਈ ਤੇ ਅਸੀਂ ਉਧਰੋਂ ਉਧਰ ਦੀ ਚੱਲ ਜਾਣਾ ਹਾਂ ਬਈ ਕੀ ਚੱਕਰ ਬਣ ਗਿਆ ਹਾਂਜੀ ਹਾਂਜੀ ਆ ਜੀ ਛੇਤੀ ਬਸ ਆ ਗਏ ਅਸੀਂ ਹੁਣ ਮੈਂ ਇੱਥੇ ਹੀ ਖੜੀ ਆ ਬਸ ਤੂੰ ਖੜੀ ਰਹਿ ਅਸੀਂ ਆ ਗਏ ਉਹ ਮੈਂ ਨਾਲ ਜਾਣਾ ਮੈਂ ਨਾਲ ਜਾਣਾ ਉਹ ਮੈਂ ਨਾਲ ਜਾ
पता नहीं पानी भी पीण वाला के नहीं। दिल तो करदा मेरा उदा मैं बह जावां इत्थे तो दफ्तर भी जाना कुछ नहीं रहना उदा देखी। तू कर ली सैर आज हर दे बंद और सुनाओ किदां दा रहा तुहाडा तजर्बा? मैनूं बुलाउण दी ना लोड़ नहीं। दूर दूर तक मक्की मक्की खाली थां कोई बंदा नहीं कोई तरंदा। मैं सवेर दी इन्नी खुश सी इन्नी हरियाली इन्ना कुछ। सवेर नूं हुण की हो गया? हुण की टाइम बदल गया? की कीता मैना की हो गया? आ वेख मेरे हालात ते माड़ा की तेरी सैर कराई वे तेरा किन्ना अज तू जाके भार जोखना किन्ना घट जाणा। मैं नहीं जोखना जोखना मेरी गल सुन। तू आप नहीं कहिंदे मैं खेतां च आउणा मैं खेतां च आउणा एदां आउणा क्यों एदां ते माड़ा की है तेनू भी इद्दी छड्ड के जाऊं किस दिन रात। ओए होए केड़ा बंदा इहनूं समझावे मेरी गल सुन। हां इह ना जिहड़ा वातावरण हुंदा ना माहौल चाल हुंदा इह बड़ा जरूरी है। मेरे कोल ना लफाफा भी है नहीं सी बंदा तुरिया जांदा छल्लियां तोड़ लैंदा। ओ दूर तक पैंदा। हां ਹੁਣ ਤੂੰ ਤੁਰ ਕੇ ਜਾ। ਮੈਂ ਤੁਰ ਕੇ ਨਹੀਂ ਜਾਣਾ। ਹਾਂ ਇੱਥੇ ਬਹਿ ਜਾਊਂਗੀ ਮੈਂ ਜਿਹਨੂੰ ਲੋੜ ਆ ਇੱਥੋਂ ਲੈ ਜਾਵੇ ਮੈਨੂੰ ਆਣ ਕੇ ਮੈਂ ਨਹੀਂ ਜਾਣਾ ਕਿਤੇ ਵੀ। ਚੱਲ ਹੁਣ ਲੈਣ ਤਾਂ ਆਏ ਤੈਨੂੰ ਚੱਲ ਚੱਲੀਏ। ਗੱਡੀ ਚੱਲਦੀ ਹੈ? ਹਾਂ ਗੱਡੀ ਠੀਕ ਹੈ। ਇੱਕ ਮਿੰਟ ਉਹ ਖੜ ਜਾ ਇੱਕ ਮਿੰਟ ਹੁਣ ਵਿੱਚ ਨਾ ਬਹੀ ਜੇ ਰੁਕ ਜਾ। ਕਿਉਂ? ਉਹ ਯਾਰ ਕੋਈ ਐਂਡਿੰਗ ਕਰ ਲਓ ਆਪਣਾ ਪ੍ਰੋਗਰਾਮ ਅੱਜ ਬਾਹਰ ਸੀ ਪਹਿਲਾ ਪ੍ਰੋਗਰਾਮ ਆਪਾਂ ਆਊਟਡੋਰ ਕੀਤਾ ਇੱਕ ਸਾਲ ਹੋ ਗਿਆ ਦੱਸ ਤਾਂ ਦਈਏ ਸਾਰਿਆਂ ਨੂੰ। ਉਹਨਾਂ ਨੂੰ ਸਾਰਿਆਂ ਨੂੰ ਹਾਲੇ ਤੱਕ ਪਤਾ ਹੀ ਨਹੀਂ ਲੱਗਿਆ ਮੇਰੇ ਹਾਲਾਤ ਵੇਖ ਕੇ ਵੀ ਇੱਕ ਸਾਲ ਹੋ ਗਿਆ ਐਂਡਿੰਗ ਰਹਿੰਦੀ ਇਹ ਰਹਿੰਦਾ ਵੋ ਰਹਿੰਦਾ। ਇੱਕੋ ਗਾਣਾ ਫਿਰ ਸੁਣਾ ਅੱਜ ਇੱਕ ਸਾਲ ਮੈਂ ਨਹੀਂ ਕਹਿੰਦੀ। ਕਿਆ ਮੈਨੂੰ ਨਹੀਂ ਪਤਾ? ਨਹੀਂ ਆ ਵੇਖ ਕੀ ਹੋ ਗਿਆ ਤਾਂ ਬਹਿ ਵਿੱਚ ਚਲੀ। ਅਸੀਂ ਅੱਜ ਬਹੁਤ ਅੱਛਾ ਮਹਿਸੂਸ ਕਰ ਰਹੇ ਹਾਂ। ਅੱਛਾ ਮਹਿਸੂਸ ਕਰ ਰਹੇ ਹਾਂ? ਹਰਮਨ ਜੀ ਜ਼ਿੰਦਗੀ ਭਾਰੇ ਸਫ਼ਰ ਨੂੰ ਯਾਦ ਰੱਖਣਗੇ। ਚੱਲ ਅੱਗੇ ਬੈਤ ਨੂੰ ਅੱਗੇ ਪਾਉਂਦੇ ਹਾਂ ਅੱਜ। ਆਪਣਾ ਪ੍ਰੋਗਰਾਮ ਹੋ ਗਿਆ। ਕਿਹੜੀ ਕਲੋਜ਼ਿੰਗ ਭਾਲਦੇ ਆ ਮੇਤੋਂ? ਇਹਨਾਂ ਦੀ ਆਪਣੀ ਕਲੋਜ਼ਿੰਗ ਹੋਈ ਪਈ ਆ ਜਰਮਨ ਜੀ ਦੀ। ਤਜਰਬਾ ਸੀਗਾ ਇਹ ਕਿੱਦਾਂ ਦਾ ਲੱਗਿਆ ਤੁਹਾਨੂੰ? ਹਰਮਨ ਜੀ ਨੇ ਅੱਜ ਪੂਰੀ ਇੱਕ ਸਾਲ ਗਿਰਾ ਮਨਾਈ ਹੈ ਚਾਈ ਦੇ ਵਿਚਾਰ ਦੀ। ਇਹਨਾਂ ਦਾ ਬਹੁਤ ਮਨ 'ਚ ਤਮੰਨਾ ਸੀ ਕਿ ਵੀ ਅਸੀਂ ਆਊਟਡੋਰ ਸ਼ੂਟ ਕਿਉਂ ਨਾ ਕਰੀਏ। ਸੋ ਅੱਜ ਅਸੀਂ ਆਊਟਡੋਰ ਸ਼ੂਟ ਕੀਤਾ ਐਂਡ ਮੇਰਾ ਖਿਆਲ ਆ ਹਰਮਨ ਜੀ ਨੇ ਬਹੁਤ ਜ਼ਿਆਦਾ ਇੰਜੋਏ ਕੀਤਾ। ਬਹੁਤ ਜ਼ਿਆਦਾ ਸਾਰਿਆਂ ਨੇ ਦੇਖਿਆ ਮੈਂ ਕਿੰਨਾ ਇੰਜੋਏ ਕੀਤਾ। ਚਲ ਹੁਣ ਸਤਿ ਸ੍ਰੀ ਅਕਾਲ ਦਾ ਬੁਲਾ ਦੇ ਬੰਦਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਹਾਜ਼ਰ ਹੈ ਜੱਜ ਦਾ ਵਿਚਾਰ।